ਕੀ ਕਰਾਂ ਮੈਂ ਇਹ ਬੰਦੇ ਦਾ, ਮੈਨੂੰ ਤੇ ਕੁਝ ਸਮਝ ਨਹੀਂ ਲੱਗਣ ਦੀ। ਜਿਹੜੀ ਚੀਜ਼ ਢਾਏ ਚੜ੍ਹਦੀ ਉਹ ਚੁੱਕ ਚੁੱਕ ਕੇ ਤੇ ਲੈ ਜਾਂਦੇ ਨੇ, ਇੰਨਾ ਨਹੀਂ ਸੋਚਦੇ ਵੀ ਸਾਨੂੰ ਗਾਂ ਵੀ ਕਿਸੇ ਚੀਜ਼ ਦੀ ਲੋੜ ਪੈਣੀ ਆ, ਜੋ ਕੁਝ ਆਉਂਦੇ ਆਪਣੇ ਢਿੱਡ 'ਚ ਹੀ ਪਾ ਲਾਂ ਮੈਂ। ਮੈਂ ਤੇ ਫਸ ਹੀ ਗਈ ਇੱਥੇ ਵਿਆਹ ਕਰਾ ਕੇ। ਬੈਠੀ ਨਾ ਦੀਪ, ਆ ਗਏ ਹੋ, ਪੈ ਗਈ ਦਿਹਾੜੀ? ਉਹ ਦਿਹਾੜੀ ਕਿ ਪੈਣੀ ਉਹ 250-300 ਰੁਪਈਆ ਹੀ। ਮੈਂ 250-300 ਦੀ ਨਹੀਂ ਗੱਲ ਕਰਨ ਦੀ, ਜਿਹੜਾ ਤੁਸੀਂ ਮੋਟਾ ਹੱਥ ਮਾਰਿਆ ਨਾ, ਮੈਂ ਉਹਦੀ ਗੱਲ ਕਰਨ ਦੀ ਆ। ਉਹ ਕੀ ਗੱਲਾਂ ਕਰੀ ਜਾਣ ਦੀ, ਜਾ ਘੁੱਟ ਪਾਣੀ ਤੇ ਲਿਆ, ਪਾਣੀ ਤੇ ਪਹਿਲਾਂ ਪੁੱਛ ਲੈ, ਆਉਂਦੇ ਹੀ ਹੋਰ ਗੱਲਾਂ ਲੈ ਕੇ ਬਹਿ ਗਈ ਏ। ਹੋਰ ਹੀ ਜਾ ਗੱਲਾਂ ਤਾਂ ਲੈ ਕੇ ਬਹਿਣੀਆਂ ਵਾ, ਪਾਣੀ ਤੁਸੀਂ ਅੱਗੇ ਪੀ ਤੇ ਗਏ ਜੇ। ਪੀ ਕੇ ਕਿੱਥੋਂ ਜਾਣਾ ਨਵਦੀਪ, ਹੁਣ ਤੇਰੇ ਸਾਹਮਣੇ ਹਜੇ ਆਇਆ ਕੰਮ ਤੋਂ। ਅੱਛਾ, ਤੁਸੀਂ ਤਾਂ ਇਦਾਂ ਕਰਦੇ ਜਿਵੇਂ ਘਰ 'ਚ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਕਿਹੜੇ ਵੇਲੇ ਆਉਂਦੇ ਹੋ ਤੇ ਕਿਹੜੇ ਵੇਲੇ ਜਾਂਦੇ ਹੋ। ਸਵੇਰ ਦਾ ਗਿਆ ਆ, ਟਾਈਮ ਵੇਖ ਕਿੰਨਾ ਹੋ ਗਿਆ, ਮੈਨੂੰ ਅਗਲੇ ਪਤਾ ਆਉਣ ਵਾ ਦਿੰਦੇ ਜਿੰਨਾ ਕੰਮ ਤੇ ਲਾਇਆ ਹੁੰਦਾ। ਕੰਮ ਤੇ ਲਾਇਆ ਵਾ, ਜਿਹੜਾ ਤੁਸੀਂ ਅੱਜ ਕੰਮ ਕੀਤਾ ਨਾ, ਚੰਗਾ ਨਹੀਂ ਕੀਤਾ ਵਾ ਇਹ। ਕੀ ਕਰਤਾ ਹੁਣ ਮੈਂ, ਸਵੇਰ ਦਾ ਗਿਆ ਹੁਣ ਆਇਆ ਵਾ, ਆਉਂਦਿਆਂ ਫੇਰ ਲੜਾਈ। ਜਿਹੜੀ ਮੇਰੀ ਛਾਪ ਚੁੱਕ ਕੇ ਖੜੀ ਜੇ ਨਾ, ਚੁੱਪ ਕਰਕੇ ਤੇ ਮੈਨੂੰ ਦੇ ਦਿਓ। ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ, ਜਾ ਕੇ ਪਾਣੀ ਪੂਣੀ ਪੀ। ਦਿਮਾਗ ਤੇ ਮੇਰਾ ਟਿਕਾਣਾ ਹੀ ਆ, ਮੈਨੂੰ ਤੁਹਾਡਾ ਨਹੀਂ ਸਹੀ ਲੱਗਣ ਗਿਆ। ਤੁਸੀਂ ਸਮਝਦੇ ਹੋ ਕਿ ਸਰ ਜਾਣੇ ਪਾਗਲ ਆ, ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ। ਤੁਸੀਂ ਹੁਣੇ ਘਰੋਂ ਹੋ ਕੇ ਗਏ ਹੋ ਕਿ ਨਹੀਂ ਹੋ ਕੇ ਗਏ? ਉਹ ਨਹੀਂ ਆਇਆ ਜਦੋਂ ਮੈਂ ਕਹਿਣ ਡਿਆ ਆ। ਤੇ ਜਿੱਚ ਰੋਟੀ ਖੜੀ ਹੋ, ਲਫਾਫਾ ਕਿਤੇ ਤੁਹਾਡਾ? ਉਹ ਲਫਾਫਾ ਆਊਗਾ, ਮੈਂ ਬਾਹਰ ਰੱਖਿਆ ਮੰਜੀ ਤੇ। ਅੱਛਾ, ਆ ਕੀ ਪਿਆ ਵਾ? ਆ ਤੇ ਮੈਂ ਚੁੱਕ ਕੇ ਲਿਆਈ ਆ ਬਾਹਰੋਂ ਮੰਜੀ ਤੋਂ, ਇਹ ਪਹਿਲਾਂ ਹੀ ਉੱਡ ਕੇ ਆ ਗਿਆ ਸੀ। ਤੁਸੀਂ ਸੁੱਟਤਾ ਸੀ ਉੱਥੋਂ ਵੀ ਤੂੰ ਘਰ ਚਲ ਜਾ ਤੇ ਮੈਂ ਮਗਰ ਮਗਰ ਆਉਂਦਾ ਵਾਂ। ਪਿੰਦਰ, ਇੱਦਾਂ ਦੇ ਕੰਮ ਨਾ ਕਰਿਆ ਕਰੋ। ਪਹਿਲਾਂ ਵੀ ਤੁਸੀਂ ਮੇਰਾ ਸੋਨਾ ਚੁੱਕ ਲਿਆ ਸੀ ਸਾਰਾ, ਤੇ ਹੁਣ ਇੱਕੋ ਇੱਕ ਛਾਪ ਵੀ ਉਹ ਵੀ ਤੁਸੀਂ ਚੁੱਕੇ ਤੇ ਗਾਂ ਗਏ ਹੋ। ਕਿੱਥੇ ਚੱਲੇ ਹੋ ਹੁਣ? ਮੇਰੀ ਗੱਲ ਸੁਣੋ, ਬਹਿ ਕੇ ਇੱਥੇ ਲਿਓ, ਫੜਾਓ ਮੈਨੂੰ ਇੱਧਰ। ਉਹ ਮੇਰੇ ਕੋਲ ਨਹੀਂ ਹੈਗੀ ਕੋਈ ਵਿਸ਼ਾਪ, ਐਵੇਂ ਨਾ ਲਈ ਜਾਣ ਲਈ ਮੇਰਾ ਝੂਠਾ। ਨਾ ਕਿਉਂ ਝੂਠਾ ਲਾਉਂਦੀ ਆ, ਫਿਰ ਉੱਠ ਕੇ ਕਿਹੜੀ ਗੱਲ ਚੱਲੇ ਹੋ? ਪਿੰਦਰ, ਮੇਰੀ ਗੱਲ ਸੁਣੋ, ਮੈਨੂੰ ਛਾਪ ਦੇ ਦਿਓ ਚੁੱਪ ਕਰਕੇ। ਉਹ ਮੇਰੇ ਕੋਲ ਨਹੀਂ ਹੈਗੀ ਜਦੋਂ ਮੈਂ ਤੈਨੂੰ ਕਹਿਣ ਡਿਆ। ਹੈਗੀ ਕਿਉਂ ਨਹੀਂ ਤੁਹਾਡੇ ਕੋਲ, ਫਿਰ ਕਿਹਦੇ ਕੋਲ ਆ? ਮੈਨੂੰ ਨਹੀਂ ਪਤਾ ਕਿੱਥੇ ਆ। ਪਤਾ ਨਹੀਂ ਆ ਤੇਰੀ ਤੁਹਾਨੂੰ? ਚੀਜ਼ ਆ ਤੂੰ ਸਾਂਭ ਕੇ ਨਾ ਰੱਖ ਸਕਦੀ? ਨਹੀਂ, ਤੁਸੀਂ ਕਿਹੜੀ ਗੱਲ ਚੁੱਕੀ? ਤੁਹਾਡੇ ਵੱਲੋਂ ਜਿੰਨੇ ਦਿਨ ਮਰਜ਼ੀ ਉੱਥੇ ਪਈ ਰਹਿੰਦੀ ਹਾਂ। ਤੂੰ ਮੇਰੀਆਂ ਜੇਬਾਂ ਫੋਲ ਲੈ। ਜੇਬਾਂ ਮੈਂ ਹੁਣ ਕਿੱਥੋਂ ਫੋਲ ਆ? ਜਿਹੜਾ ਤੁਸੀਂ ਕੰਮ ਕਰਨਾ ਉਹ ਤਾਂ ਤੁਸੀਂ ਕਰਤਾ ਵਾ, ਤੁਹਾਡੇ ਤੇ ਘਰ ਪੈਰ ਨਹੀਂ ਲੱਗੇ, ਦੋਵਾਂ ਦਾ ਮੁੱਢ ਗਏ ਜੇ ਛਾਪ ਵੇਖ ਕੇ ਫਿਰ ਵਾਪਸ। ਆਪਣੀ ਜਮਾਤ ਸੰਭਾਲ ਕੇ ਬੋਲ। ਸੰਭਾਲ ਕੇ ਬੋਲ? ਆਹੋ, ਜੇ ਕੁੱਖ ਲਿਆ ਕੇ ਦੇਣ ਜੋਗੇ ਨਹੀਂ ਨਾ ਹੈਗੇ ਤੇ ਜਿੰਨਾ ਕੁ ਮੇਰੇ ਤੋਂ ਹੈਗਾ ਓਨਾ ਹੀ ਰਹਿਣ ਦਿੰਦੇ। ਚੁੱਪ ਕਰਕੇ ਬੈਠੀ ਰਹਿ, ਜੇ ਮੈਂ ਤੈਨੂੰ ਕੁਝ ਕਹਿਣ ਨਹੀਂ ਡਿਆ ਤੇ ਮੇਰੀ ਗੱਲ ਸੁਣ, ਮੈਨੂੰ ਹੱਥ ਨਾ ਲਾਇਓ ਵੀ। ਹੱਥ ਨਾ ਲਾਈ ਤੈਨੂੰ, ਤੁਸੀਂ ਬੋਲਦੇ ਵੱਧਦੇ ਜਾਂਦੇ ਹੋ। ਐਵੇਂ ਜੇ ਗੰਦ ਮੇਰਾ ਨਾਂ ਲਾਇਆ ਨਾ, ਵੇਖੀਂ ਤੇਰਾ ਬੰਦਾ ਕੀ ਐ। ਤੇ ਸੱਚਾ ਲਾਉਂਦੀ ਮੈਂ, ਕਿਹੜਾ ਝੂਠਾ ਲਾਉਂਦੀ ਆ? ਜੇ ਇੰਨੇ ਸੱਚੇ ਤੇ ਲਿਓ ਕੱਢ ਕੇ ਫੜਾਓ ਮੈਨੂੰ ਕਿੱਥੇ ਆ? ਦੇਖ ਲੈ, ਪੈਸੇ ਤੇ ਹੁਣੇ ਹੀ ਆ ਕੋਲ। ਦੇਖ ਲੈ ਵੇਖ ਲੈ, ਹੈਗੇ ਨੇ, ਆਹੋ ਕੱਢ ਲੈ। ਤੁਹਾਡੇ ਵਰਗਾ ਬੇਸ਼ਰਮ ਇਨਸਾਨ ਨਾ ਮੈਂ ਵੇਖਿਆ ਨਹੀਂ ਹੈਗਾ ਪਿੰਦਰ, ਤੁਸੀਂ ਹੱਦ ਤੋਂ ਵੱਧ ਕਰਨ ਦੇ ਹੁਣ। ਮੈਨੂੰ ਤਾਂ ਲੱਗਦਾ ਹੁਣ ਘਰ ਨੂੰ ਜਿੰਦਰੇ ਲਾ ਕੇ ਰੱਖਣੇ ਪੈਣੇ ਆ। ਇੱਕ ਦਿਨ ਨਾ ਤੁਸੀਂ ਭਾਂਡੇ ਵੀ ਚੁੱਕ ਚੁੱਕ ਲੈ ਜਾਣੇ, ਜਿੱਦਾਂ ਦੀਆਂ ਹੁਣ ਤੁਹਾਡੀਆਂ ਹਰਕਤਾਂ ਹੋ ਗਈਆਂ ਨੇ। ਤੈਨੂੰ ਤਾਂ ਨਾ ਮੈਂ ਦੱਸਦਾ ਆ, ਹਾਏ ਹਾਏ, ਇਹ ਵਾਜਾਂ ਕਾਹਦੀਆਂ ਆਉਂਦੀਆਂ ਵਾ? ਮੈਨੂੰ ਤਾਂ ਲੱਗਦਾ ਲੜ ਪਏ ਆ ਦੋਵੇਂ ਜਾਣੇ, ਵੇਖਾਂ ਜਾ ਕੇ। ਹਾਏ ਹਾਏ, ਕਿਤੇ ਕੁੱਟਣ ਨਾ ਡਿਆ ਹੋਵੇ ਉਹਨੂੰ। Thank you.
ਹਾਏ ਹਾਏ ਤੁਸੀਂ ਕਿੱਥੇ ਚੱਲ ਗਏ ਹੈਗੇ? ਕੀ ਹੋਇਆ ਵਾ? ਇੱਧਰ ਅੰਦਰ ਤੇ ਆਓ। ਉਹ ਕੀ ਹੋ ਗਿਆ ਵਾ? ਇੱਥੇ ਆਓ, ਦੱਸਦੀ ਤੁਹਾਨੂੰ ਮੈਂ। ਉਹ ਮੇਰੀ ਗੱਲ ਹੋਇਆ ਕੀ? ਹੋਣਾ ਕੀ ਆ? ਹਾਂ ਅੰਦਰ ਮਾਰਨ ਡਿਆ ਜੀ, ਆਵਾਜ਼ ਨਹੀਂ ਸੁਣਦੀ ਤੁਹਾਨੂੰ? ਉਹ ਇਹਦਾ ਬਿੜਾ ਦੱਸ ਜੇ ਕਿ ਦੇ ਦਾ। ਉਹ ਪਿੰਦਰ, ਓਏ ਮੈਂ ਤੇ ਨਹੀਂ ਆ ਮਾਰਨ ਦੇ ਬਾਹਰ ਹੈਗਾ ਹੈ ਨਹੀਂ ਬੁਆ। ਓਏ ਇਹਨੇ ਤਾਂ ਲੱਗਦਾ ਨੂੰ ਮਾਰ ਹੀ ਦੇਣਾ ਵਾ ਅੱਜ। ਮੈਂ ਕਹਿੰਦਾ ਸਿਆਪ ਪਾਣਾ ਹੋਰ ਪਾ ਦੇ। ਹਾਏ ਰੱਬਾ, ਕਿਹੜਾ ਕਿਸ ਤਰੀਕੇ ਨਾਲ ਖਿਲਾਓ ਬੁਆ। ਪਿੰਦਰ ਉਹ ਸਹੀ ਹੋ ਗਿਆ ਵਾ। ਏ ਬੁਆ ਤੇ ਖੋਲ ਦੇ, ਕੀ ਕਰੀਏ ਹੁਣ? ਬੁਆ ਤੋੜ ਦੋ ਫਿਰ। ਤੋੜਨਾ ਕੀ ਆ? ਵੇ ਪਿੰਦਰ ਕੀ ਇਹਨਾਂ ਹੋਣ ਲਿਆ? ਦੱਸੋ ਕੀ ਬਿਮਾਰੀ ਹੈ? ਹਾਂ ਖੱਟਾ ਤੂੰ ਕਿਹੜਾ ਉੱਡ ਚੁੱਕਿਆ? ਪਰਾਂ ਨੂੰ ਵਾ ਤੁਸੀਂ ਉੱਪਰ ਆ ਰਹਾ। ਪਰੇ ਹੋ ਪਰੇ ਹੋ। ਨੀਲ ਪਾਰ ਛੱਡਿਆ, ਵੇਖੋ ਸਹੀ ਕੁੜੀ ਦੀ ਹਾਲਤ। ਖੱਤਿਆ ਤੂੰ ਇੰਨਾ ਮਾਰ ਛੱਡਿਆ ਸੀਗਾ, ਜੇ ਗੱਲ ਹੀ ਮੂੰਹ ਨਾ ਮਰ ਜਾਣਾ ਕਰ ਲੈਂਦਾ। ਆਹ ਕੀ ਕੰਮ ਹੋਇਆ ਆਪਣਾ? ਮਾਰ ਮਾਰ ਕੇ ਨੀਲੀ ਕਰ ਛੱਡੀ ਕੁੜੀ। ਚੱਲ ਪੁੱਤ ਜਾਣਾ ਕਿੱਥੇ ਆ, ਸਮਝਾਉਂਦੇ ਆ, ਕੋਈ ਗੱਲ ਨੀ ਹੈ। ਸੇਵਾ ਹੋ ਗਈ ਨਾ, ਹੁਣ ਗਾਂ ਤੂੰ ਗੱਲ ਨਾ ਕਰੇਗੀ। ਖਲੋ ਜਾ ਇੱਥੇ। ਕੀ ਬਿਮਾਰੀ ਤੈਨੂੰ? ਕਿੱਦਾਂ ਮਾਰੇ ਕੁੜੀ ਨੂੰ? ਮਾਰ ਮਾਰ ਕੇ ਨੀਲ ਪਾ ਛੱਡਿਆ ਉਹਦੇ ਤੂੰ। ਮੰਮੀ ਅੱਗੋਂ ਪਤਾ ਕੀ ਆਂਦੀ ਸੀ? ਕੀ ਆਂਦੀ ਆ ਤੈਨੂੰ? ਹਜੇ ਹੁਣ ਤੁਹਾਡੇ ਸਾਹਮਣੇ ਆ ਕੰਮ ਤੂੰ ਆਂਦੀ, ਮੇਰੇ ਤੋਂ ਛਾਪ ਚੁੱਕ ਲਈ ਏ। ਤੁਹਾਡੇ ਸਾਹਮਣੇ ਆਇਆ ਹਾਂ, ਕਿਤੇ ਪਾਣੀ ਦਾ ਘੁੱਟ ਨੀ ਪੁੱਛਿਆ ਤੇ ਆਉਂਦੇ ਆਂਦੀ ਤੂੰ ਛਾਪ ਚੁੱਕ ਕੇ ਲੈ ਗਿਆ ਮੇਰੀ? ਮੈਂ ਮੋਟਰਸਾਈਕਲ ਦੀ ਆਵਾਜ਼ ਸੁਣੀ ਸੀ ਨਾ, ਮੈਂ ਤਾਂ ਪੁੱਛਿਆ ਵਾ। ਪਤਾ ਨੀ ਉਹ ਹੁਣ ਕੀ ਬਿਮਾਰੀ ਆ, ਸੱਚ ਬੋਲਦੀ ਆ ਕਿ ਝੂਠ ਬੋਲਦੀ ਆ? ਪਰ ਐਦਾਂ ਥੋੜੀ ਮਾਰੀਦਾ ਹੁੰਦਾ ਵਾ, ਕਿੱਦਾਂ ਮਾਰਿਆ ਈ ਉਹਨੂੰ ਤੂੰ? ਇਹਨੇ ਆਪ ਹੀ ਰੱਖ ਲਈ ਕਿਤੇ ਗਾਂ ਪਛਾਂ, ਨਾ ਲਾਉਂਦੀ ਝੂਠਾ, ਅੱਗੇ ਵੇਖਿਆ ਕਹਿੰਦੀ ਸੀ ਉਦੋਂ। ਪਰ ਮੇਰੀ ਇੱਕ ਗੱਲ ਸੁਣ ਲਾ, ਮੁੜ ਕੇ ਹੱਥ ਚੁੱਕਿਆ ਨਾ, ਟੋਟੇ ਕਰ ਦੂੰ ਤੇਰੇ ਹੱਥਾਂ ਦੇ ਟੋਟੇ। ਮੈਂ ਤੈਨੂੰ ਸ਼ਰਮ ਨਹੀਂ ਆਉਂਦੀ ਐਦਾਂ ਮਾਰੀਦਾ ਵਾ? ਮੰਮੀ ਮੈਨੂੰ ਗੁੱਸਾ ਹੀ ਬੜਾ ਚੜੇ ਹੇਰ ਤੇ। ਗੁੱਸਾ ਚੜਿਆ ਤਾਂ ਮਾਰ ਦੇਣੀ ਸੀ ਮਰਜੀ, ਮਾਰ ਮਾਰ ਕੇ ਨਾ ਨਾ ਹੁੰਦਾ, ਮੈਂ ਮਾਰ ਛੱਡਣਾ ਸੀ ਇਹਨੂੰ। ਮਾਰ ਛੱਡਣਾ ਸੀ ਤੂੰ? ਆਹ ਬੱਜਾ ਮਰ ਜਾਣਾ ਹੁਣ ਸਾਨੂੰ ਮਾਰਨਾ ਬੁੱਢੇ ਬਾਰੇ ਤੂੰ? ਹੈ ਨਾ ਸ਼ਰਮ ਨਾ ਹਜਾ ਤੈਨੂੰ, ਕਿੱਦਾਂ ਹੱਥ ਚੁੱਕਣਾ ਵਾ ਤੂੰ? ਵੈਸੇ ਇਹਦਾ ਮੂੰਹ ਕਿੱਦਾਂ ਨੀਲਾ ਕੀਤਾ ਮਾਰ ਮਾਰ ਕੇ? ਤੂੰ ਕੀ ਕਰਾਂ? ਤੂੰ ਕੀ ਕਰੇ? ਤੂੰ ਨਾ ਕਰੇ ਤੇਰਾ ਪਿਓ ਕਰੇ। ਹੁਣ ਉਹ ਦੱਸੂਗਾ ਤੈਨੂੰ, ਮੱਤ ਵੇਖੀ ਕਿੱਦਾਂ ਔਖਾ ਵਾ ਅੰਦਰੋਂ। ਕੋਈ ਨੀ, ਕਰਨਾ ਜੋ ਕਰ ਲੈਣਾ। ਇੱਧਰ ਦਫਾ, ਬਾਹਰ ਕਦੇ ਚੱਲਿਆ ਵਾ? ਹੈ ਚੱਲ ਅੰਦਰ ਜਰਾ, ਚੱਲ ਦਫਾ ਜਾ ਅੰਦਰ। ਹੁਣ ਜੇ ਬਾਹਰ ਨਿਕਲਿਆ ਨਾ, ਮੈਂ ਤਾਂ ਬੁਰਾ ਕੋਈ ਨੀ ਹੋ, ਜੇ ਤੇਰਾ ਪਿਓ ਆ ਗਿਆ ਨਾ ਤੇਰੇ ਟੋਟੇ ਕਰ ਛੱਡਣੇ ਉਹਨੇ। ਇੱਥੇ ਦਫਾ ਹੋਇਆ ਰਿਹਾ, ਹੁਣ ਕਿੱਦਾਂ ਹੱਥ ਚਲਾਉਂਦਾ ਵਾ ਇਹ? ਪਾਉਂਦੇ ਤਾਂ ਪਾਉਂਦੇ ਰਹਾਂ ਭਰਾਵਾ, ਮੇਰੇ ਸਿਰ 'ਤੇ ਕੀ ਅਸਰ? ਉੱਦਾਂ ਨਾ ਘਟਿਆ ਜ਼ਿਆਦਾ ਗਿਆ, ਇੰਨਾ ਨਹੀਂ ਪੁੱਟਣਾ ਚਾਹੀਦਾ। ਅੱਜ ਤੈਨੇ ਇਹ ਕੰਮ ਕਰ ਲਿਆ ਨਾ, ਕਿਤੇ ਮੁੜ ਕੇ ਕੀਤਾ ਨਾ, ਇਹਨੂੰ ਮੈਂ ਜਾਨੋਂ ਮਾਰ ਦੇਣਾ ਤੈਨੂੰ ਦੱਸਾਂ ਗੱਲ। ਚਲਾ ਮੇਰਾ ਪੁੱਤ ਦਵਾਈ ਲੈਣ ਚਲੀ ਗਈ। ਨਹੀਂ ਡੈਡ ਜੀ, ਮੈਂ ਨਹੀਂ ਜਾਣਾ ਉੱਥੇ, ਜਾਈ ਕੀ ਦੱਸੋਗੇ ਕਿ ਮੇਰੇ ਮੁੰਡੇ ਨੇ ਮੇਰੇ ਨੌਂ ਨੂੰ ਮਾਰਿਆ ਵਾ? ਗੱਲ ਹਾਲੀ ਹੈਗੀ, ਹੁਣ ਬੰਦਾ ਕੀ ਕਰੇ? ਚੱਲਦਾ ਬੜੀ ਸ਼ਰਮਿੰਦਗੀ ਵਾਲੀ।
ਮੇਰੀ ਗੱਲ ਸੁਣਨਾ ਵਾ, ਕਸੂਰ ਤੇ ਪੁੱਤ ਤੇਰਾ ਵੀ ਹੈਗਾ ਵਾ, ਜੇ ਉਹ ਖਪਿਆ ਆਇਆ ਸੀ ਕੰਮ ਤੋਂ ਤੇ ਪਾਣੀ ਧਾਣੀ ਤੇ ਪੁੱਛ ਲੈਂਦੀ ਉਹਨੂੰ, ਸਿੱਧਾ ਤੇ ਇਲਜ਼ਾਮ ਲਾਉਣ ਬਹਿ ਗਈ ਸੀਗੀ ਤੇ ਖਪਿਆ ਕਰੇ ਗੱਲ ਪੈ ਗਿਆ ਉਹ ਹੱਥ ਤੇ ਚੁੱਕਦਾ ਨੀ ਹੁੰਦਾ ਵਿਚਾਰਾ। ਮੈਂ ਕਿਹੜਾ ਝੂਠ ਬੋਲਣੀ ਆ, ਸੱਚੀ ਉਹਨਾਂ ਨੇ ਚੋਰੀ ਕੀਤੀ ਆ। ਕੀ ਪ੍ਰੂਫ ਆ ਤੇਰੇ ਕੋਲ ਸੱਚੀ ਚੋਰੀ ਕੀਤੀ ਆ? ਦੱਸ ਕੀ ਵੇਖਿਆ ਸੀ ਤੂੰ? ਮੰਮੀ ਜਦੋਂ ਤੁਸੀਂ ਰਸੋਈ ਵਿੱਚ ਉਹ ਤੇ ਪਾਣੀ ਵਾਲੀ ਬੋਤਲ ਤੁਸੀਂ ਬਾਹਰ ਕੱਢੀ। ਨਾ ਮੈਂ ਕਾਹਨੂੰ ਕੱਢਣੀ ਸੀ, ਮੈਂ ਤਾਂ ਬਾਥਰੂਮ ਚ ਗਈ ਸੀਗੀ, ਮੈਂ ਚੱਲ ਮੈਂ ਵੇਹਨੀ ਆ ਕੋਈ ਦਾਲ ਸਬਜ਼ੀ ਕਰ ਲੈਣੀ ਆ, ਅੱਜ ਮੈਂ ਵੜੀ ਆ ਤੂੰ ਆ ਗਈ ਮਗਰੇ। ਉੱਥੇ ਫਿਰ ਬੋਤਲ ਪਈ ਸੀ ਪਾਣੀ ਵਾਲੀ, ਲੱਗੀ ਗਲਾਸੀ ਵੀ ਪਈ। ਆਹ ਲਫਾਫਾ ਪਿੰਦਰ ਦਾ ਮਣਾ, ਤੁਸੀਂ ਰੋਟੀ ਦਿੱਤੀ ਨਾ ਇਹਦੇ ਵਿੱਚ ਪਾ ਕੇ ਸਵੇਰੇ ਉਹਨਾਂ ਨੂੰ? ਆਹ ਰੋਟੀ ਤੇ ਮੈਂ ਹੀ ਦਿੱਤੀ ਆ। ਮੋਟਰਸਾਈਕਲ ਦੇਖੋ ਲਮਕਾਇਆ ਸਦੇ ਉਹਨੇ। ਇਹ ਮੰਮੀ ਉਹਨੇ ਦਿਉਣ ਤੋਂ ਪਹਿਲਾਂ ਹੀ ਮੰਜੇ ਦੇ ਪਿਆ ਸੀ, ਆ ਮੈਂ ਚੁੱਕ ਕੇ ਅੰਦਰ ਲਿਆਈ ਆ। ਉਹ ਮੇਰੀ ਗੱਲ ਸੁਣ ਲਾ ਪੁੱਤ, ਇੱਕ ਮਿੰਟ ਗੱਲ ਸੁਣੀ। ਮੁੰਡਾ ਤੇਰਾ ਵੀ ਘੱਟ ਦਿਆ, ਤੇਰੇ ਮੈਂ ਸਭ ਉਹਦੀਆਂ ਸਾਈਡਾਂ ਲੈ ਆਉਂਦੀਆਂ। ਮੈਂ ਉਹਦੀਆਂ ਸਾਈਡਾਂ ਨਹੀਂ ਲੈਣ ਡਈ, ਮੈਂ ਤੇ ਇਹ ਗੱਲ ਕਹਿਣ ਡਈ ਸੀ ਕਿ ਜੇ ਆਇਆ ਸੀ ਨੌਕਰੀ ਤੋਂ ਤੇ ਕੋਈ ਪਾਣੀ ਧਾਣੀ ਪੁੱਛ ਲੈਂਦੀ, ਫਿਰ ਪਿਆਰ ਨਾਲ ਪੁੱਛ ਲੈਂਦੀ ਬਿਠਾਲ ਕੇ, ਵੀ ਮੇਰੀ ਛਾਪ ਨੀਗੀ ਲੱਭਦੀ, ਵੀ ਕਿਤੇ ਵੇਖੀ ਤੇ ਨੀਗੀ। ਪਤਾ ਜਿੱਦਾਂ ਸਿੱਧਾ ਕਿਸੇ ਤੇ ਇਲਜ਼ਾਮ ਲਾ ਦੋ, ਅਗਲੇ ਖਪੇ ਨੇ ਸਿਰ ਗੱਲ ਪੈਣਾ ਸੀ ਨਾ ਤੇਰੇ। ਮੰਮੀ ਉਹ ਗਣੀ ਉਹ ਪਖੰਡ ਕਰਦੇ ਸੀ, ਇਹੋ ਜਿਹਾ ਪਾਣੀ ਲਿਆ, ਮੈਂ ਤੇ ਪਾਣੀ ਪੀਤਾ ਨੀ ਮਾਂ, ਪਾਣੀ ਤੇ ਤੁਸੀਂ ਪੀ ਗਏ ਹੋ, ਪੌਂਦੇ ਪੈਰੀ ਵਾਪਸ ਚੱਲੇ ਛਾਪ ਚੁੱਕੇ ਹੋ। ਮਾਰਨ ਵਾਲੀ ਕਿਹੜੀ ਗੱਲ ਸੀ, ਮਾਂ ਪਿਓ ਮਰ ਗਏ ਸੀ? ਨਹੀਂ ਮਾਰਨ ਵਾਲਾ ਕੰਮ ਤਾਂ ਉਹਨੇ ਬੜਾ ਕੀਤਾ ਮਾੜਾ, ਮੈਂ ਕਿਹੜਾ ਚੰਗਾ ਕਹਿ ਰਹੀ ਹਾਂ। ਮਨਜਿੰਦਰ ਬਾਕੀ ਗੱਲਾਂ ਛੱਡੋ, ਜਾਓ ਕੁੜੀ ਨੂੰ ਲੈ ਜਾ ਤੇ ਦਵਾਈ ਲੈ ਕੇ ਆਓ ਪਹਿਲਾਂ। ਨਹੀਂ ਮੰਮੀ ਮੈਂ ਨਹੀਂ ਜਾਣਾ ਹੈਗਾ, ਉਹ ਬਿਚਾਰੀ ਕੀ ਦੱਸਾਂਗੇ, ਬੇਇੱਜ਼ਤੀ ਕਰਾਉਣੀ ਆਪਣੀ। ਮੈਂ ਵੀ ਜਾਨੀ ਤੇਰੇ ਨਾਲ, ਚੱਲ ਆ ਚਲੀਏ ਕੋਈ ਗੱਲ ਨਹੀਂ। ਮੇਰੀ ਗੱਲ ਸੁਣ, ਉਹ ਬੰਦਰ ਜਾ ਕਿੱਥੇ ਹੁਣ? ਹਾਂ ਅੰਦਰ ਦਿੱਤਾ ਮੈਂ, ਹੁਣ ਆ ਕੇ ਥਾਂ ਦਾ ਮਰਦੜੇ ਨੇ ਕਰਤੂਤ ਵੇਖ ਕੀ ਕੀਤੀ ਆ, ਹੈ ਮਾਰ ਮਾਰ ਕੇ ਛੱਡਿਆ ਫੱਕਾ ਨੀ ਕੁੜੀ ਦਾ। ਚੱਲ ਕੋਈ ਗੱਲ ਨੀ ਪੁੱਤ, ਆ ਜਾ ਤੂੰ, ਗਿਆ ਵਾ ਤੇਰਾ ਪਿਓ ਵੇਖੀ ਸੀ ਡੰਡਕ ਦਾ ਲਾਉਂਦਾ ਹੁਣ। ਇਹਨੂੰ ਤੇ ਮੈਂ ਦੱਸਣਾ ਇਹਨੂੰ। ਉਹ ਮੇਰੀ ਗੱਲ ਸੁਣ, ਪਰਾਂ ਹੋਵੋ। ਉਹ ਮੇਰੀ ਗੱਲ ਸੁਣ ਪਹਿਲਾਂ, ਦੱਸੋ ਉਹ ਕੀ ਕੀਤਾ ਜੀ? ਉਹ ਮੈਂ ਨੇ ਕੁਝ ਵੀ ਕੀਤਾ। ਉਹ ਇਧਰ ਆ ਗੱਲ ਸੁਣ, ਕੁੜੀ ਦੀ ਛਾਪ ਕਿੱਥੇ ਆ? ਉਹ ਮੇਰੇ ਕੋਲ ਕਿੱਥੋਂ ਆਉਣੀ ਦੱਸੋ, ਹੱਦ ਹੋ ਗਈ ਤੁਹਾਡੇ ਵਾਲੀ। ਤੂੰ ਐਡਾ ਪੱਧਰਾ ਵੀ ਨਹੀਂ ਗੱਲ ਜਿਹੜਾ ਤੂੰ ਕਹਿਣ ਡਿਆ ਵਾ, ਸਾਰਾ ਪਿੰਡ ਤੈਨੂੰ ਅੰਬਲੀ ਕਹਿੰਦਾ ਵਾ। ਉਹ ਕਹਿੰਦਾ ਤਾਂ ਕਹਿੰਦਾ ਰੇ, ਜਦੋਂ ਕਹਿਣਾ ਤੇ ਲੋਕਾਂ ਦੇ ਆਪ ਹੀ ਕਹਿਣਾ। ਛਾਪ ਫੜਾ ਕੁੜੀ ਦੀ, ਤੇਰੇ ਮਤਲਬ ਮੇਰੇ ਕੋਲ ਹੈ ਨਹੀਂ, ਵੇਖ ਲਓ ਕਿੱਦਾਂ ਸੁੱਟ ਗਿਆ, ਵੇਚ ਰਿਹਾ ਵਾ। ਮੈਂ ਅਜੇ ਹੁਣ ਮੰਮੀ ਨੂੰ ਪੁੱਛ ਲਓ ਜੇ ਨਹੀਂ ਯਕੀਨ ਮੇਰੇ ਤੇ। ਗੱਲ ਸੁਣ ਲੈ ਮੇਰੀ, ਝੂਠ ਤੇ ਝੂਠ ਬੋਲੀ ਜੇ ਨਾ ਬਗਾਨੀ ਕੁੜੀ ਮਾਰਦੇ ਲੱਗਾ ਤੂੰ, ਤੂੰ ਚੰਗਾ ਰਹਿ ਗਿਆ ਇੱਥੇ? ਉਹ ਕਿਤੇ ਨਹੀਂ ਮਰ ਚੱਲੀ, ਕਿਤੇ ਨਹੀਂ ਮਰ ਚੱਲੀ, ਸਾਰਾ ਟੱਬਰ ਬਣਾਏਗਾ ਇਹਦੇ ਨਾਲ ਮੂੰਹ ਲਾਉਣ ਦਾ ਕੀ ਫਾਇਦਾ। ਅਮਲੀ ਨਾ ਹੈ, ਅਮਲੀ ਨੇ ਚੀਜ਼ਾਂ ਚੁੱਕ ਚੁੱਕ ਕੇ ਵੇਚਣੀਆਂ ਸ਼ੁਰੂ ਕਰਤੀਆਂ ਵਾ, ਵੇ ਘਰ ਤੱਕ ਹਰਿਆਣੇ ਵੀ ਦੇਗਾ ਤੂੰ? ਮੰਮੀ ਤੁਸੀਂ ਵੀ ਉਹੋ ਗੱਲਾਂ ਕਰਾਂ ਨਾ ਫਿਰ, ਸੱਚੀ ਆ ਮੈਂ, ਤੂੰ ਆਇਆ ਹੈ ਖੱਤਿਆ ਪਹਿਲਾਂ ਮੈਂ ਮੋਟਰਸਾਈਕਲ ਦੀ ਆਵਾਜ਼ ਸੁਣੀ। ਓਏ ਅੱਜ ਇਹਨੇ ਛਾਪ ਵੇਚੀ, ਕੱਲ ਨੂੰ ਭਾਂਡੇ ਵੇਚ ਦੂ ਘਰ ਦੇ, ਰੋਟੀ ਕੱਚ ਖਾ ਲੈਣੀ ਮੁੜ ਕੇ। ਇਹਨੇ ਸਾਰੇ ਕੰਮ ਕਰਨੇ ਜੇ ਤੈਨੂੰ ਮੈਂ ਦੱਸਣਾ, ਕੋਈ ਨੀ ਪੁੱਤ ਘਰ ਹੀ ਆਉਣਾ ਨਾ ਮੁੜ ਕੇ, ਕਿੱਥੇ ਚੱਲ ਜਾਣਾ, ਆਣ ਕੇ ਕਰੂ ਤੇਰਾ ਇਲਾਜ। ਮੈਨੂੰ ਤਾਂ ਬੜੀ ਫਿਕਰ ਲੱਗ ਗਈ ਆ, ਕੀ ਕਰਾਂਗੇ ਆਪਾਂ, ਕੱਲਾ ਕੱਲਾ ਪੁੱਤ ਵਾ ਸਾਡਾ, ਆ ਕਰਤੂਤਾਂ ਵੇਖ ਲੋ ਇਹਦੀਆਂ। ਇਹੋ ਹੀ ਕੰਮ ਪਹਿਲਾਂ ਕੀਤਾ ਹੁੰਦਾ ਨਾ, ਇੱਥੋਂ ਤੱਕ ਨੁਬਤ ਨਹੀਂ ਪਹੁੰਚਣੀ। ਹਾਏ ਰੱਬਾ, ਹੁਣ ਕੀ ਕਰਾਂਗੇ, ਹੁਣ ਤੇ ਪੱਕਾ ਦਿਖਣ ਡੈ ਪਿਆ ਵੀ ਅਮਲੀ ਬਣ ਗਿਆ ਜੇ। ਹੁਣ ਤਾਂ ਉਹਨੂੰ ਵਿਚਾਰੀ ਨੂੰ ਮਾਰ ਮਾਰ ਕੇ ਵੇਖ ਕੇ ਨੀਲੀ ਕੀਤਾ ਇਹਨੇ। ਉਹ ਤੇ ਗੱਲ ਆ, ਸ਼ਰਮੀ ਹੈ ਨਹੀਂ ਅੰਤਰੇ ਨੂੰ ਕਿਤੇ। ਉਹ ਮਰ ਜਾਂਦੀ ਨਾ, ਅਸੀਂ ਤਿੰਨਾਂ ਜਣਿਆਂ ਦੇ ਅੰਦਰ ਮਰ ਜਾਣਾ ਸੀ, ਵੇਖ ਲਈ ਜੇਲ੍ਹ ਚ। ਸਹੀ ਗੱਲ ਵਾ, ਅਸੀਂ ਤੇ ਬੱਜੇ ਨੇ ਛੁੱਟਣਾ ਤੇ ਹੁਣ ਇਹਦਾ ਹੱਥ ਖੁੱਲ ਗਿਆ ਵਾ ਨਾ, ਇਹਨੇ ਬਾਰ ਬਾਰ ਇਹੋ ਕੰਮ ਕਰਿਆ ਕਰਨੇ ਆ, ਹੁਣ ਬਚਾ ਲਓ ਆਪਣੇ ਘਰ ਨੂੰ, ਕਿੱਦਾਂ ਬਚਾਉਣਾ ਜੇ? ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ। ਨਾ ਕਿ ਰਿਸ਼ਤੇਦਾਰ ਨੂੰ ਦੱਸਣ ਜੋਗਿਆ, ਨਾ ਕਿ ਭੈਣ ਭਰਾ ਨੂੰ ਸੱਦਣ ਜੋਗਿਆ, ਕਿ ਬੰਦਾ ਕੀ ਕਰੂਗਾ।
ਇਹਨੇ ਆਰਾਮ ਜਾਂਦੇ ਸ਼ਰਮ ਲਾਤੀ ਆ, ਹੈ ਸਾਡੀ ਜ਼ਿੰਦਗੀ ਨਰਕ ਬਣ ਗਈ। ਉਹ ਤੇ ਗੱਲ ਕਰਾਂਗੇ ਆਪਾਂ, ਚਲੋ ਘਰ ਚੱਲੀਏ। ਤਨਾ ਮੇਰਾ ਤਾਂ ਦਿਲ ਨੂੰ ਉਤਰਾ ਹੋਣ ਡਿਆ। ਚਲ ਕੋਈ ਨੀ, ਇਦਾਂ ਨਾ ਕਰੋ, ਇਦਾਂ ਤੁਸੀਂ ਕਰਨ ਡਿਆ ਪਏ ਤੋ ਅੰਦਰ ਰੋਣ ਡਈ, ਉਹਨੂੰ ਦਵਾਈ ਲੈ ਕੇ ਦਈਏ, ਆਜੋ ਆਓ ਚੱਲੀਏ। ਕੀ ਦੱਸਾਂ ਭੈਣ, ਅਸੀਂ ਤੇ ਫਿਰ ਪੁੱਛੇ ਨਾ ਤੇ ਨਰਕ ਦੀ ਜ਼ਿੰਦਗੀ ਜੀਣ ਡਏ ਹਾਂ, ਬੜਾ ਮਾੜਾ ਹਾਲ ਹੀ। ਜੇ ਮੁੰਡਾ ਜਾਂਦਾ ਵਾ ਬੰਬੀ ਵੱਲ ਨੂੰ ਕੋਈ ਕੰਮ ਕਾਰ ਕਰਨ, ਉਹ ਆਣ ਕੇ ਘਰ ਲੜਦਾ, ਮੇਰਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ। ਜਦੋਂ ਮੈਂ ਜਾਂਦਾ ਵਾਂ ਤਾਂ ਲੋਕ ਖਲੋਤੇ ਹੁੰਦੇ, ਗੱਲਾਂ ਬਾਤਾਂ ਕਰਦੇ ਨੇ ਅਤੇ ਚੁੱਪ ਕਰ ਜਾਂਦੇ ਨੇ, ਅਤੇ ਫਿਰ ਨਿਆਣੇ ਦੇ ਦਿਲ 'ਚ ਹੁੰਦਾ ਫਿਰ ਸਾਡੇ ਘਰ ਦੀਆਂ ਕਰਨ ਡਏ ਨੇ। ਨਹੀਂ ਜਦੋਂ ਉਹਦਾ ਸਾਡੀ ਕੁੜੀ ਨੇ ਗਲਤ ਕੰਮ ਕੀਤਾ ਨਾ, ਸਾਡਾ ਤਾਂ ਜੀਣਾ ਹੀ ਹਰਾਮ ਹੋ ਗਿਆ, ਹੁਣ ਬੜੀ ਜਾਨ ਔਖੀ ਹੈ। ਕੀ ਕਰੀਏ ਅਸੀਂ, ਤਾਂ ਇਹੋ ਜਾਂਦੇ ਹਾਂ ਵੀ ਰੱਬਾ ਜੇ ਧੀਆਂ ਪੁੱਤ ਦੇਣੇ ਤਾਂ ਇੱਜ਼ਤ ਵਾਲੇ ਦਈ, ਨਹੀਂ ਤਾਂ ਨਾ ਹੀ ਦਈ। ਨਹੀਂ ਫਿਕਰ ਤਾਂ ਹੁਣ ਕਰਨ ਤੋਂ ਨਹੀਂ ਨਾ ਰਿਹਾ ਜਾਂਦਾ, ਜਿੰਨਾ ਮਰਜ਼ੀ ਕਹੀਏ ਨਹੀਂ ਕਰਨਾ ਫਿਕਰ ਨਹੀਂ ਕਰਨਾ, ਫਿਰ ਵੀ ਹੁਣ ਕੀ ਕਰੀਏ, ਜਿਹੜਾ ਕੰਮ ਉਹਨੇ ਕਰ ਲਿਆ ਉਹ ਭੁੱਲਦਾ ਨਹੀਂ। ਚੱਲ ਚੰਗਾ ਫਿਰ ਬਾਬੂ, ਤੈਨੂੰ ਫਿਰ ਠਹਿਰ ਕੇ ਲੈਂਦੀ ਹੈ। ਓਕੇ ਓਕੇ, ਫਿਰ ਡੇਈ ਉਹਦੇ ਨਾਲ ਗੱਲ ਕਰਨ, ਤੈਨੂੰ ਉਦਣ ਡੱਕਿਆ ਸੀ। ਤੁਹਾਨੂੰ ਕੌਣ ਆਂਦਾ ਮੈਂ ਉਹਦੇ ਨਾਲ ਡੇਈ? ਕਿਹਦੇ ਨਾਲ ਡੇਈ ਦੱਸੋ? ਕੁੜੀ ਨਾਲ। ਕਦੋਂ ਕੁੜੀ ਨਾਲ ਡੇਈ? ਮੈਂ ਤਾਂ ਆਪਣੇ ਪੇਕੇ ਫੋਨ ਲਾਇਆ ਹੈਗਾ, ਤੇ ਉੱਥੇ ਮੇਰੀ ਭੈਣ ਆਈ ਤੇ ਉਹ ਡੇਈ ਰਾਜੀ ਬਾਜੀ ਪੁੱਛਣ। ਝੂਠ ਹੀ ਬੋਲਦੀ ਰਹੀ ਨੀ ਹਰ ਵੇਲੇ? ਉਹ ਰੱਬਾ ਮੇਰਾ ਫੋਨ ਫੜ ਕੇ ਵੇਖ ਲਓ, ਤੁਹਾਡੇ ਦਿਲ 'ਚ ਇਹ ਨਾ ਉਹਦੇ ਨਾਲ ਕੰਢੀ, ਉਹਦੇ ਨਾਲ ਮੈਂ ਨਹੀਂ ਕੀਤਾ ਫੋਨ, ਨਾ ਉਹ ਲਾਇਆ ਹੀ ਹੈ ਤੇ ਨਾ ਮੈਂ ਲਾਇਆ ਹੀ ਹੈ। ਠੀਕ ਆ, ਨੰਬਰ ਤੇ ਤੇਰੀ ਭੈਣ ਦੇ। ਨਹੀਂ ਉਦਾਂ ਹੀ ਤੁਹਾਨੂੰ ਵੀ ਯਕੀਨ ਨਹੀਂ ਹੈ। ਮੇਰੀ ਗੱਲ ਸੁਣ ਲੈ, ਕਿਤੇ ਉਹਦੇ ਨਾਲ ਗਲਤੀ ਨਾਲ ਗੱਲ ਕਰ ਵੀ ਨਾ ਲਈ, ਮੈਂ ਤੁਹਾਨੂੰ ਸਾਰੇ ਟੱਬਰ ਨੂੰ ਮਾਰ ਕੇ ਨਾ ਤੇ ਆਪ ਮੈਂ ਫਾਹ ਲੈ ਕੇ ਮਰ ਜਾਣਾ, ਫਿਰ ਨਾ ਕਿਉਂ ਦੱਸਿਆ? ਬਸ ਇਹੋ ਕੰਮ ਰਹਿ ਗਿਆ ਮੈਨੂੰ, ਕੀ ਲੋੜ ਉਹਦੇ ਨਾਲ ਫੋਨ ਤੇ ਗੱਲ ਕਰਨ ਦੀ? ਮੈਂ ਅੱਗੇ ਨਹੀਂ ਕਿਹੜੀ ਕੀਤੀ, ਜੇ ਮੈਂ ਕੀਤੀ ਤਾਂ ਵੀ ਤੁਹਾਨੂੰ ਮੈਂ ਦੱਸ ਦਿੱਤਾ, ਹੁਣ ਮੈਂ ਬਾਬਾ ਨਹੀਂ ਕਰਦੀ ਨਾ। ਬਸ ਮੈਂ ਤੈਨੂੰ ਇਹੋ ਆਹਣਾ, ਕੋਈ ਗਲਤੀ ਨਾ ਕਰਨੀ, ਅੱਗੇ ਬੜਾ ਕੁਝ ਹੋਇਆ ਜੀ, ਰਿਹਾ ਅੱਗੇ ਕੁਛ ਨਹੀਂ ਹੈਗਾ। ਕੀ ਕਰੀਏ ਜੇ ਨਹੀਂ ਵੀ ਗੱਲ ਕਰਦੇ ਤਾਂ ਵੀ ਨਹੀਂ ਛੱਡਦੇ, ਵੀ ਜਦੋਂ ਮੈਂ ਕਹਿ ਹੀ ਦਿੱਤਾ ਮੈਂ ਆਪਣੀ ਭੈਣ ਨਾਲ ਨਹੀਂ ਹਾਂ ਗੱਲ ਕਰਦੇ, ਫਿਰ ਵੀ ਕਿੰਨੇ ਔਖੇ ਹੋਏ ਨੇ ਆਣ ਕੇ। ਸ਼ਹਿਰ ਚੱਲਿਆ ਵਾ ਤੇ ਏਸੀ ਵਾਲੇ ਨੇ ਆਉਣਾ ਹੀ ਸਰਵਿਸ ਕਰਨ, ਨਹੀਂ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਣਾ, ਉੱਥੇ ਜ਼ਰੂਰੀ ਹੈ ਕੰਮ, ਅਤੇ ਡੈਡੀ ਨੂੰ ਕਿਹਾ ਵੀ ਕਰਵਾ ਲਿਓ, ਮੈਨੂੰ ਉਹਨੇ ਫੋਨ ਕੀਤਾ ਸੀ ਕਹਿੰਦਾ ਵੀ ਘਰੇ ਰਿਹਾ, ਅੱਧੇ ਘੰਟੇ ਤੱਕ ਵੈਸੇ ਉਹਨੂੰ ਆਉਣਾ ਵਾ। ਅੱਛਾ, ਅਤੇ ਡੈਡੀ ਨੂੰ ਕਿਹਾ ਵੀ ਪੈਸਾ ਰੁਪਈਆ ਮੈਨੂੰ 400 ਦਿਓ, ਪਿਛਲੀ ਵਾਰੀ ਉਹ ਵੱਧ ਲੈ ਗਿਆ ਸੀ ਪੈਸੇ, ਅਤੇ ਤੁਸੀਂ ਕਰਵਾ ਕੇ ਫਿਰ ਹੀ ਜਾਂਦੇ ਹਾਂ? ਕੋਈ ਨਹੀਂ, ਉਹਦਾ ਕੀ ਪਤਾ ਕਦੋਂ ਆਉਣਾ, ਉਹਨੇ ਅੱਧਾ ਘੰਟਾ ਕਿਹਾ ਲਿਆ ਉਹਨਾਂ। ਠੀਕ ਹੈ ਚੱਲ ਕੋਈ ਨਹੀਂ, ਮੈਂ ਕਹਿ ਦਿੰਦੀ। ਠੀਕ ਆ, ਠੀਕ, ਅਤੇ ਰੁਪਈਆ 400 ਹੀ ਦੇਣ, ਜ਼ਿਆਦਾ ਨਾ ਦੇਣ। ਠੀਕ।